ਜੀ ਬਿਸਮਿਲ੍ਲਾ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਮੈਂ ਯਾਸਰ ਮਲਿਕ ਅਤੇ ਹਾਜ਼ਰ ਹੋਇਆ ਦੋਸਤੋ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਅੱਜ ਅਸੀਂ ਬੈਠੇ ਹਾਂ ਇੱਕ ਪੰਜਾਬੀ ਅਤੇ ਦੇਸੀ ਮਾਹੌਲ ਦੇ ਵਿੱਚ। ਦੋਸਤੋ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਇੱਕ ਬਹੁਤ ਹੀ ਮਸ਼ਹੂਰ ਅਤੇ ਮੰਜੇ ਹੋਏ ਸ਼ਾਇਰ ਸੈਫੁੱਲਾ ਤੂਰ ਸਾਹਿਬ। ਅੱਜ ਅਸੀਂ ਦੇਸੀ ਮਾਹੌਲ 'ਚ ਬਹਿ ਕੇ ਪੰਜਾਬੀ ਸ਼ਾਇਰੀ ਦਾ ਆਨੰਦ ਮਾਣਾਂਗੇ। ਆਓ ਫਿਰ ਸੈਫੁੱਲਾ ਤੂਰ ਸਾਹਿਬ ਦੇ ਕੋਲੋਂ ਇੱਕ ਦੇਸੀ ਮੌਜ ਬਹਿ ਕੇ ਪੰਜਾਬੀ ਸ਼ਾਇਰੀ ਸੁਣਦੇ ਹਾਂ। ਜੀ ਮੁਹੰਮਦ ਸੇ ਵਫਾ ਤੂਨੇ ਤੋ ਹਮ ਤੇਰੇ ਹੈ, ਜੇ ਜਹਾਂ ਚੀਜ਼ ਹੈ ਕਿਆ ਲੋਹੋ ਕਲਮ ਤੇਰੇ ਹੈ। ਵਾਹ ਜੀ ਵਾਹ ਜੀ, ਮਾਸ਼ਾਅੱਲਾ ਜੀ। ਪੰਜਾਬੀ ਪੁੱਠੀ ਸਿੱਧੀ, ਕਿਉਂ ਅਸੀਂ ਪੰਜਾਬ ਦੇ ਵਾਸੀ ਆ ਤੇ ਪੜ੍ਹਨੀ ਚਾਹੀਦੀ ਆ, ਬੋਲਣੀ ਚਾਹੀਦੀ ਆ, ਮੁਹੱਬਤਾਂ ਪਿਆਰ ਵੰਡਣੇ ਚਾਹੀਦੇ ਆ। ਜਿੱਦੇ ਅਸੀਂ ਰਾਣਾ ਨਸੀਰ ਸਾਹਿਬ ਦੇ ਡੇਰੇ ਤੇ ਆਇਆ, ਇਹਨਾਂ ਦੀ ਗੁਫ਼ਤਗੂ ਸੁਣ ਕੇ ਬੜਾ ਮਜ਼ਾ ਆਇਆ, ਬੜਾ ਲੁਤਫ ਹੋਇਆ। ਐ ਗਾਵਾਂ ਮੱਝਾਂ ਡੇਰਾ ਵੇਖ ਕੇ ਪਤਾ ਲੱਗਾ ਪੰਜਾਬੀ ਕਲਚਰ ਹਜੇ ਵੀ ਸਾਡੇ ਵਿੱਚ ਜ਼ਿੰਦਾ ਹੈ। ਤੇ ਇਨਸ਼ਾਅੱਲਾ ਪੰਜਾਬੀ ਦੀ ਆਪਣਾ ਗਜ਼ਲ ਪੇਸ਼ ਕਰ ਗਿਆ ਕਰਦਾ ਜੀ। ਤੁਰ ਗਿਆ ਮਾਹੀ ਤੇ ਛੋੜ ਗਿਆ ਮੈਨੂੰ, ਤੇ ਕੱਚ ਦੇ ਵਾਂਗਰ ਤੋੜ ਗਿਆ ਮੈਨੂੰ। ਹਾਏ 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 ਹਾਏ, ਕੀ ਬਾਤ! ਤੁਰ ਗਿਆ ਮਾਹੀ ਛੋੜ ਗਿਆ ਮੈਨੂੰ, ਤੇ ਕੱਚ ਦੇ ਵਾਂਗਰ ਤੋੜ ਗਿਆ ਮੈਨੂੰ। ਵਾਹ ਜੀ ਵਾਹ! ਪਿਆਰ ਉਹਦੇ ਵਿੱਚ ਉੱਚੀ ਸਾਮ ਹੈ, ਵਾਂਗ ਕਮਾਨਾ ਮੋੜ ਗਿਆ ਮੈਨੂੰ, ਤੇ ਹਿਜਰ ਦੀਆਂ ਤਿੱਖੀਆਂ ਸੂਲਾਂ ਉੱਤੇ ਹਾਰਡ ਗਮਾਂ ਵਿੱਚ ਰੋੜ ਗਿਆ ਮੈਨੂੰ, ਤੇ ਪਿਆਰ ਦੇ ਮਿੱਠੇ ਬੋਲ ਪੜਾ ਕੇ ਇਸ਼ਕ ਪੰਜਾਲੀ ਜੋੜ ਗਿਆ ਮੈਨੂੰ। ਵਾਹ ਜੀ ਵਾਹ! ਤੇ ਬਾਬਾ ਲੁੱਟ ਕੇ ਮੇਰੀ ਹੁਸਨ ਜਵਾਨੀ, ਤੇ ਵਾਂਗ ਖਲਾਉਣਿਆ ਤੋੜ ਗਿਆ ਮੈਨੂੰ। ਹਾਏ 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 ਹਾਏ, ਕੀ ਬਾਤ! ਵਾਹ ਜੀ ਵਾਹ! ਵਾਹ ਜੀ ਵਾਹ, ਜ਼ਬਰਦਸਤ! ਹਾਂਜੀ, ਤੇ ਇਹ ਤੋਂ ਅੱਗੇ ਜੀ ਇੱਕ ਗਜ਼ਲ ਆ ਜੀ। ਬੇਸ਼ੱਕ ਅੱਖੀਆਂ ਤੇ ਬੰਦਾ ਅੱਖਾਂ ਨਾਲ ਹੀ ਸਭ ਕੁਝ ਕਰਦਾ ਜਾਂ ਜੋ ਵੀ ਦੇਖਦਾ ਵਾ, ਇਹ ਅੱਖੀਆਂ ਕਿਸੇ ਨਾ ਡੱਕੀਆਂ ਨੇ। ਹਾਏ 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 ਹਾਏ, ਵਾਹ ਵਾਹ! ਜਿੱਥੇ ਲੱਗ ਜਾਵਣ ਉੱਥੇ ਪੱਕੀਆਂ ਨੇ। ਹਾਏ 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 ਹਾਏ, ਕੀ ਬਾਤ! ਤਾਣੇ ਜੀ, ਇਹ ਅੱਖੀਆਂ ਕਿਸੇ ਨਾ ਡੱਕੀਆਂ ਨੇ, ਜਿੱਥੇ ਲੱਗ ਜਾਵਣ ਉੱਥੇ ਪੱਕੀਆਂ ਨੇ, ਹੋਈਆਂ ਅੰਨੀਆਂ ਯਾਰ ਦੇ ਹਿਜਰ ਅੰਦਰ, ਗੱਲਾਂ ਅੱਖਾਂ ਨੇ ਕੀਤੀਆਂ ਸੱਚੀਆਂ। ਹੋਈਆਂ ਅੰਨੀਆਂ ਯਾਰ ਦੇ ਹਿਜਰ ਅੰਦਰ, ਗੱਲਾਂ ਅੱਖਾਂ ਨੇ ਕੀਤੀਆਂ ਸੱਚੀਆਂ ਨੇ, ਅੱਖਾਂ ਵੇਖ ਕੇ ਪਿਆਰ ਚ ਜ਼ਹਿਰ ਫੱਕਣ, ਅੱਖਾਂ ਇਸ਼ਕ ਚ ਹੋਣ ਨਾ ਕੱਚੀਆਂ। ਅੱਖਾਂ ਵੇਖ ਕੇ ਪਿਆਰ ਚ ਜ਼ਹਿਰ ਫੱਕਣ, ਅੱਖਾਂ ਇਸ਼ਕ ਚ ਹੋਣ ਨਾ ਕੱਚੀਆਂ ਨੇ, ਅੱਖਾਂ ਯਾਰ ਦੇ ਦਰਸ਼ਨ ਖੂਬ ਕੀਤੇ ਜਦੋਂ ਘੁੰਗਰੂ ਬੰਨ ਕੇ ਨੱਚੀਆਂ। ਵਾਹ ਜੀ ਵਾਹ! ਵਾਹ ਜੀ ਵਾਹ! ਕੀ ਬਾਤ! ਅੱਖਾਂ ਯਾਰ ਦੇ ਦਰਸ਼ਨ ਖੂਬ ਕੀਤੇ ਜਦੋਂ ਘੁੰਗਰੂ ਬੰਨ ਕੇ ਨੱਚੀਆਂ ਨੇ, ਲੋਕ ਈਦ ਦਾ ਚੰਨ ਪੈ ਵੇਖਦੇ ਨੇ, ਅੱਖਾਂ ਯਾਰ ਨੂੰ ਵੇਖ ਕੇ ਹੱਸੀਆਂ। ਵਾਹ ਜੀ ਵਾਹ! ਵਾਹ ਜੀ! ਲੋਕ ਈਦ ਦਾ ਚੰਨ ਪੈ ਵੇਖਦੇ ਨੇ, ਅੱਖਾਂ ਯਾਰ ਨੂੰ ਵੇਖ ਕੇ ਹੱਸੀਆਂ ਨੇ, ਬਾਬਾ ਗੱਲਾਂ ਕਿਸੇ ਦੀਆਂ ਸਮਝ ਚ ਨਹੀਂ ਆਈਆਂ ਜਿਹੜੀਆਂ ਅੱਖਾਂ ਨੇ ਅੱਖਾਂ ਨੂੰ ਦੱਸੀਆਂ। ਵਾਹ ਜੀ ਵਾਹ! ਵਾਹ 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 ਵਾਹ! ਕੀ ਬਾਤ! ਗੱਲਾਂ ਕਿਸੇ ਦੇ ਸਮਝ ਚ ਨਹੀਂ ਆਈਆਂ ਜਿਹੜੀਆਂ ਅੱਖਾਂ ਨੇ ਅੱਖਾਂ ਨੂੰ ਦੱਸੀਆਂ ਨੇ। ਵਾਹ ਜੀ ਵਾਹ! ਇਹ ਜੀ ਪੰਜਾਬੀ ਦਾ ਆਨੰਦ ਲਵੋ। ਅਸੀਂ ਰਾਣਾ ਸਾਹਿਬ ਦੇ ਡੇਰੇ ਤੇ, ਰਾਣਾ ਨਸੀਰ ਸਾਹਿਬ ਬਹੁਤ ਹੀ ਮੁਹੱਬਤਾਂ ਵਾਲੇ, ਬਹੁਤ ਹੀ ਪਿਆਰੇ ਜੀ ਆ, ਤੇ ਬੜੀ ਤਾਂਗ ਸੀ ਸਾਨੂੰ ਇਹਨਾਂ ਨੂੰ ਮਿਲਣ ਦੀ, ਔਰ ਅੱਲਾ ਨੇ ਸਾਨੂੰ ਮਿਲਾਇਆ। ਪ੍ਰੋਗਰਾਮ ਬਹੁਤ ਅੱਛਾ ਵਾ। ਇਨਸ਼ਾਅੱਲਾ ਮੈਂ ਅਗਲੀ ਗਜ਼ਲ ਪੇਸ਼ ਕਰਦਾ ਵਾਂ। ਸਾਰਾ ਹੁਸਨ ਪੰਜਾਬ ਦੇ ਵਿੱਚ, ਪੰਜਾਬ ਦੀ ਗੱਲ ਆ, ਚੌਂਕ ਲਹਿੰਦਾ ਚੜਦਾ ਪੰਜਾਬ ਨੂੰ ਸਲਾਮ ਆ। ਸਿੰਘ ਸਰਦਾਰਾਂ ਨੂੰ ਸਾਡੇ ਨਾਲ ਮੁਹੱਬਤਾਂ ਪਿਆਰ ਪਾਏ ਉਹਨਾਂ ਨੇ, ਜਦੋਂ ਪਾਲੀਟੀਸ਼ਨ ਨੇ ਬੜੇ ਪਿਆਰ ਨਾਲ ਮੁਹੱਬਤਾਂ ਰਹੀਆਂ ਉਹਨਾਂ ਨਾਲ, ਤੇ ਮੈਂ ਪੰਜਾਬ ਦਾ ਨਾਂ ਜ਼ਰੂਰ ਲਵਾਂਗਾ ਦੇ ਵਿੱਚ। ਸਾਰਾ ਹੁਸਨ ਪੰਜਾਬ ਦੇ ਵਿੱਚ ਆਉਂਦਾ ਨਹੀਂ ਹਿਸਾਬ ਦੇ ਵਿੱਚ। ਪੰਜਾਬ ਦੇ ਵਿੱਚ ਆਉਂਦਾ ਨਹੀਂ ਹਿਸਾਬ ਦੇ ਵਿੱਚ, ਆਲੂ ਟਿੰਡੇ ਦੇ ਨਹੀਂ ਸਕਦੇ ਜਿਹੜਾ ਸਵਾਦ ਸਾਗ ਦੇ ਵਿੱਚ। ਹਾਂਜੀ, ਸਾਡਾ ਇੱਕ ਕਲਚਰ, ਆਲੂ ਟਿੰਡੇ ਦੇ ਨਹੀਂ ਸਕਦੇ ਜਿਹੜਾ ਸਵਾਦ ਸਾਗ ਦੇ ਵਿੱਚ, ਮਾਂ ਬੋਲੀ ਦਾ ਉੱਚਾ ਸ਼ਿਮਲਾ, ਵਾਰਸ ਸ਼ਾਹ ਦੇ ਭਾਗ ਦੇ ਵਿੱਚ। ਹਾਏ ਹਾਏ ਹਾਏ! ਵਾਹ ਜੀ ਵਾਹ ਵਾਹ ਵਾਹ! ਮੇਰੀ ਮਾਂ ਬੋਲੀ ਦਾ ਉੱਚਾ ਸ਼ਿਮਲਾ, ਵਾਰਸ ਸ਼ਾਹ ਦੇ ਭਾਗ ਦੇ ਵਿੱਚ, ਇਹਦਾ ਜ਼ਹਿਰੀ ਕੋਈ ਵੀ ਸੱਪ ਨਹੀਂ,
ਇਹਦਾ ਇਸ਼ਕ ਦੇ ਨਾਮ ਦੇ ਵਿੱਚ। ਵਾਹ ਜੀ ਵਾਹ ਜੀ ਵਾਹ ਜੀ। ਇਹਦਾ ਜ਼ਹਿਰੀ ਕੋਈ ਵੀ ਸੱਪ ਨਹੀਂ ਜਿਹੜਾ ਇਸ਼ਕ ਦੇ ਨਾਗ ਦੇ ਵਿੱਚ ਹਿਜਰ ਦਰਦ ਤੇ ਘੁੰਮਣ ਘੇਰੀਆਂ ਪਿਆਰ ਦੇ ਇੱਕੋ ਰਾਗ ਦੇ ਵਿੱਚ। ਹਾਏ 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 ਵਾਹ ਜੀ ਵਾਹ। ਹਿਜਰ ਦਰਦ ਤੇ ਘੁੰਮਣ ਘੇਰੀਆਂ ਵਾਹ ਜੀ ਵਾਹ। ਪਿਆਰ ਦੇ ਇੱਕੋ ਰਾਗ ਦੇ ਵਿੱਚ ਦਿਲ ਤੇ ਚੋਰੀ ਹੋ ਹੀ ਜਾਂਦਾ ਹੈ ਭਾਵੇਂ ਬੰਦਾ ਜਾਗ ਦੇ ਵਿੱਚ। ਵਾਹ ਜੀ ਵਾਹ ਜੀ ਵਾਹ ਵਾਹ। ਦਿਲ ਤੇ ਚੋਰੀ ਹੋ ਹੀ ਜਾਂਦਾ ਹੈ ਭਾਵੇਂ ਬੰਦਾ ਜਾਗ ਦੇ ਵਿੱਚ। ਨਾ ਲੈ ਵੀਜ਼ਾ ਬਾਹਰ ਦਾ ਕੰਮ ਲਿਆ ਸਾਰਾ ਕੁਛ ਯਾਰ ਪੰਜਾਬ ਦੇ ਵਿੱਚ। ਹਾਏ 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 ਵਾਹ ਜੀ ਵਾਹ ਵਾਹ ਜੀ ਵਾਹ। ਨਾ ਲੈ ਵੀਜ਼ਾ ਬਾਹਰ ਦਾ ਕੰਮ ਲਿਆ ਸਭ ਕੁਛ ਯਾਰ ਪੰਜਾਬ ਦੇ ਵਿੱਚ। ਪਿਆਰ ਨਾਲ ਪੰਜਾਬ ਨਾਲ ਮੁਹੱਬਤ ਕਰੋ ਆਪਣੇ ਕਲਚਰ ਨਾਲ ਆਪਣੇ ਦੇਸ਼ ਨਾਲ ਆਪਣੇ ਦੇਸ਼ ਵਾਸੀਆਂ ਦੇ ਨਾਲ। ਇਹਦੇ ਨਾਲ ਹੀ ਅਗਲੀ ਗਜ਼ਲ ਤੁਹਾਨੂੰ ਗੋਸ਼ ਗੁਜ਼ਾਰ ਕਰਦਾ ਵਾ। ਅਸੀਂ ਸਲਾਮ ਪੇਸ਼ ਕਰਦੇ ਆ ਜਨਾਬ ਰਾਣਾ ਨਸੀਰ ਸਾਹਿਬ ਨੂੰ ਔਰ ਜਨਾਬ ਮਲਕ ਸਾਹਿਬ ਸਾਡੇ ਕੋਲ ਯਾਸਰ ਮਲਕ ਸਾਹਿਬ ਜਨਾਬ ਨਦੀਮ ਨਜ਼ਮ ਸਾਹਿਬ ਔਰ ਯੂਸਫ ਸਾਹਿਬ ਸਾਰਿਆਂ ਨਾਲ ਮੁਹੱਬਤ ਇੱਥੇ ਵੰਡੀਆਂ। ਮੈਂ ਅਗਲੀ ਗਜ਼ਲ ਪੇਸ਼ ਕਰਦਾ ਜੀ ਆਪਣਾ ਕੱਲੇ ਕਾਰੇ ਤੁਰ ਚੱਲੇ ਆ ਤੇਰੇ ਘਰ ਦੇ ਮੋਹਰੇ ਮੁੜ ਚੱਲੇ। ਕੱਲੇ ਕਾਰੇ ਤੁਰ ਚੱਲੇ ਆ ਤੇਰੇ ਘਰ ਦੇ ਮੋਹਰੇ ਮੁੜ ਚੱਲੇ ਆ। ਤੂੰ ਜ਼ਹਿਰ ਦੀਆਂ ਸਾਨੂੰ ਪੁੜੀਆਂ ਦਿੱਤੀਆਂ ਅਸੀਂ ਪਿਆਰ ਦੇ ਵੰਡ ਕੇ ਗੁੜ ਚੱਲੇ ਆ। ਤੂੰ ਜ਼ਹਿਰ ਦੀਆਂ ਸਾਨੂੰ ਪੁੜੀਆਂ ਦਿੱਤੀਆਂ ਅਸੀਂ ਪਿਆਰ ਦੇ ਵੰਡ ਕੇ ਗੁੜ ਚੱਲੇ ਆ। ਤੂੰ ਪੱਥਰ ਸੀ ਪਿਘਲਿਆ ਨਾ ਅਸੀਂ ਬਰਫਾਂ ਵਾਂਗਰ ਖੁਰ ਚੱਲੇ ਆ। ਤੂੰ ਪੱਥਰ ਸੀ ਪਿਘਲਿਆ ਨਾ ਅਸੀਂ ਬਰਫਾਂ ਵਾਂਗਰ ਖੁਰ ਚੱਲੇ ਆ। ਤੇਰੇ ਹੁਸਨ ਦੀਆਂ ਉੱਠਦੀਆਂ ਲਹਿਰਾਂ ਅੱਗੇ ਅਸੀਂ ਬਣ ਕੇ ਆਸ਼ਿਕ ਰੁੜ ਚੱਲੇ ਆ। ਤੇਰੇ ਹੁਸਨ ਦੀਆਂ ਉੱਠਦੀਆਂ ਲਹਿਰਾਂ ਅੱਗੇ ਅਸੀਂ ਬਣ ਕੇ ਆਸ਼ਿਕ ਰੁੜ ਚੱਲੇ ਆ। ਤੇ ਰਾਤ ਨੂੰ ਤੇਰੀਆਂ ਯਾਦਾਂ ਦੇ ਨਾਲ ਅਸੀਂ ਗੂੰਦ ਦੇ ਵਾਂਗੂ ਜੁੜ ਚੱਲੇ ਆ। ਰਾਤ ਨੂੰ ਤੇਰੀਆਂ ਯਾਦਾਂ ਦੇ ਨਾਲ ਕਿਆ ਬਾਤ ਅਸੀਂ ਗੂੰਦ ਦੇ ਵਾਂਗੂ ਜੁੜ ਚੱਲੇ ਆ। ਹੁਣ ਤੇ ਆ ਜਾ ਦਿਲ ਦੇ ਅਜਾਨੀਆਂ ਅਸੀਂ ਤੇਰੇ ਬਾਝੋਂ ਥੁੜ ਚੱਲੇ ਆ। ਕਿਆ ਬਾਤ ਅਸੀਂ ਤੇਰੇ ਬਾਝੋਂ ਥੁੜ ਚੱਲੇ ਆ। ਵਾਹ ਜੀ ਵਾਹ ਜੀ ਵਾਹ। ਇਹ ਮਹੱਤਾਂ ਪਿਆਰ ਹੈ ਜੀ ਆਪਣਾ। ਅਜੀ ਇੱਕ ਨਜ਼ਮ ਗਜ਼ਲ ਆ ਇੱਕ ਹੋਰ ਆ ਕਹਿੰਦੇ ਤੇ ਸੁਣਾ ਦਿੰਨੇ ਆ। ਸੁਣਾਓ ਸੁਣਾਓ ਜੀ ਸੁਣਾਓ ਜੀ। ਛੰਮ ਛੰਮ ਬੱਦਲ ਵਰਦੇ ਰਹਿ ਆਏ ਹਾਏ ਹਾਏ ਅਸੀਂ ਤੇਰੀਆਂ ਗੱਲਾਂ ਕਰਦੇ ਰਹੇ। ਆਏ 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 ਤੇਰੀਆਂ ਗੱਲਾਂ ਕਰਦੇ ਰਹੇ। ਛਮ ਛਮ ਬੱਦਲ ਵਰਦੇ ਰਹੇ ਛਮ ਛਮ ਬੱਦਲ ਵਰਦੇ ਰਹੇ ਤੇ ਅਸੀਂ ਤੇਰੀਆਂ ਗੱਲਾਂ ਕਰਦੇ ਰਹੇ। ਤੇ ਲੋਕੀ ਦੂਰੋਂ ਆ ਕੇ ਕਰ ਗਏ ਦਰਸ਼ਨ ਅਸੀਂ ਕੋਲ ਖਲੋਤੇ ਡਰਦੇ ਰਹੇ। ਆਏ ਹਾਏ 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 ਵਾਹ ਜੀ ਵਾਹ। ਲੋਕੀ ਦੂਰੋਂ ਆ ਕੇ ਕਰ ਗਏ ਦਰਸ਼ਨ ਅਸੀਂ ਕੋਲ ਖਲੋਤੇ ਡਰਦੇ ਰਹੇ। ਤੇ ਤੁਸੀਂ ਸੁੱਖ ਦੇ ਵੇਲੇ ਭੁੱਲ ਗਏ ਸਾਨੂੰ ਤੇ ਅਸੀਂ ਕੱਲੇ ਦੁੱਖੜੇ ਜਰਦੇ ਰਹੇ। ਆਏ ਹਾਏ ਵਾਹ। ਤੁਸੀਂ ਸੁੱਖ ਦੇ ਵੇਲੇ ਭੁੱਲ ਗਏ ਸਾਨੂੰ ਅਸੀਂ ਕੱਲੇ ਦੁੱਖੜੇ ਜਰਦੇ ਰਹਿ ਤੇ ਤੇਰੀਆਂ ਜਿੱਤਾਂ ਵੇਖਣ ਦੇ ਲਈ ਅਸੀਂ ਜਾਣ ਕੇ ਬਾਜ਼ੀ ਹਾਰਦੇ ਰਹਿ। ਵਾਹ 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 ਵਾਹ। ਕੀ ਤੇਰੀਆਂ ਜਿੱਤਾਂ ਵੇਖਣ ਦੇ ਲਈ ਅਸੀਂ ਜਾਣ ਕੇ ਬਾਜ਼ੀ ਹਾਰਦੇ ਰਹਿ ਤੇ ਤੁਸੀਂ ਸੁੱਤੇ ਮਖਮਲੀ ਕੰਬਲ ਦੇ ਵਿੱਚ ਅਸੀਂ ਬਾਹਰ ਖਲੋਤੇ ਠਰਦੇ ਰਹਿ। ਬਾਹਰ ਖਲੋਤੇ ਠਰਦੇ ਰਹਿ। ਇਹ ਜੀ ਮਹੱਤਾ ਪਿਆਰ ਹੈ ਜੀ। ਤੇ ਰਾਣਾ ਸਾਹਿਬ ਦੇ ਕੋਲ ਤਸ਼ਰੀਫ ਲਿਆਇਆ ਇੱਕ ਗਜ਼ਲ ਹੋਰ ਹੈ ਜੀ ਇਨਸ਼ਾਅੱਲਾ ਉਹ ਵੀ ਤੁਹਾਡੇ ਗੋਸ਼ ਗੁਜ਼ਾਰ ਕਰ ਦਿੰਦੇ ਆ। ਅੱਜ ਕਿਸੇ ਦੀ ਟੋਹ ਦੇ ਵਿੱਚ ਆ ਤਾਂ ਮੈਂ ਇੰਨਾ ਸ਼ੋ ਦੇ ਵਿੱਚ ਆ। ਹਾਂਜੀ ਅੱਜ ਕਿਸੇ ਦੀ ਟੋਹ ਦੇ ਵਿੱਚ ਆ ਤਾਂ ਮੈਂ ਇੰਨਾ ਸ਼ੋ ਦੇ ਵਿੱਚ ਆ ਭਾਰ ਮੈਂ ਸਾਰਾ ਚੁੱਕ ਬੈਠਾ ਵਾ ਵੇਖਿਆ ਨੀ ਮੈਂ ਗੋ ਦੇ ਵਿੱਚ ਆ। ਭਾਰ ਮੈਂ ਸਾਰਾ ਚੁੱਕ ਬੈਠਾ ਵਾ ਵੇਖਿਆ ਨਹੀਂ ਮੈਂ ਗੋ ਦੇ ਵਿੱਚ ਆ ਮੈਂ ਲੜਦਾ ਰਿਹਾ ਹਨੇਰਿਆਂ ਨਾਲ ਤਾਂ ਤੂੰ ਸੱਜਣਾ ਲੋ ਦੇ ਵਿੱਚ ਆ। ਹਾਏ ਹਾਏ ਹਾਏ। ਮੈਂ ਲੜਦਾ ਰਿਹਾ ਹਨੇਰਿਆਂ ਨਾਲ ਤਾਂ ਤੂੰ ਸੱਜਣਾ ਲੋ ਦੇ ਵਿੱਚ ਆ ਕੱਲਿਆ ਮੇਰੇ ਨਾਲ ਬਹਿ ਕੇ ਤੂੰ
ਅੱਜ ਦੱਸਿਆ ਏ ਦੋ ਦੇ ਵਿੱਚ ਕੱਲਿਆ ਮੇਰੇ ਨਾਲ ਬਹਿ ਕੇ ਤੂੰ ਅੱਜ ਦੱਸਿਆ ਤੂੰ ਦੋ ਦੇ ਵਿੱਚ ਆ ਇੰਜ ਸੀਨਾ ਠਾਰਿਆ ਪਿਆਰ ਤੇਰੇ ਨੇ ਗਰਮੀ ਏ ਪਰ ਪੋਹ ਦੇ ਵਿੱਚ ਆ ਇੰਜ ਸੀਨਾ ਠਾਰਿਆ ਪਿਆਰ ਤੇਰੇ ਨੇ ਗਰਮੀ ਏ ਪਰ ਪੋਹ ਦੇ ਵਿੱਚ ਆ ਅਜੇ ਪਤਾ ਨੀ ਲੱਗਦਾ ਪਿਆਰ ਦੇ ਰੰਗ ਦਾ ਮੈਂ ਇਸ਼ਕ ਦੇ ਪਹਿਲੇ ਧੋ ਦੇ ਵਿੱਚ ਅਜੇ ਪਤਾ ਨੀ ਲੱਗਦਾ ਪਿਆਰ ਦੇ ਰੰਗ ਦਾ ਮੈਂ ਇਸ਼ਕ ਦੇ ਪਹਿਲੇ ਧੋ ਦੇ ਵਿੱਚ ਆ ਪਤਾ ਨੀ ਕਿਹਦੇ ਹਿੱਸੇ ਦਾ ਮੈਂ ਹਜੇ ਮੈਂ ਡਿੱਕ ਮੰਡਈਆ ਡੋ ਦੇ ਵਿੱਚ ਆ ਉਹਦੇ ਪੁਰਾਣੇ ਦੌਰ ਦੇ ਅੱਜ ਡਿੱਕ ਮੰਡਈਆ ਡੋ ਡੋ ਕਿੰਨੇ ਲੈਣ ਜੀ ਉਹ ਅਜੇ ਕਾਲੋ ਕਲੋਕ ਪਤਾ ਨੀ ਕਿਹਦੇ ਹਿੱਸੇ ਦਾ ਮੈਂ ਹਜੇ ਮੈਂ ਡਿੱਕ ਮੰਡਈਆ ਡੋ ਦੇ ਵਿੱਚ ਆ ਕੀ ਬਾਤ ਹੈ ਕੀ ਬਾਤ ਪਿਆਰ ਯਾਸਰ ਸਾਹਿਬ ਜਨਾਬ ਰਾਣਾ ਨਸੀਰ ਸਾਹਿਬ ਜਨਾਬ ਨਜ਼ਮ ਸਾਹਿਬ ਜਨਾਬ ਯੂਸਫ ਸਾਹਿਬ ਜਨਾਬ ਹਮਜ਼ਾ ਸਾਹਿਬ ਜਨਾਬ ਸ਼ਾਜ਼ੀਰ ਸਾਹਿਬ ਔਰ ਸਾਡੇ ਦੀਗਰ ਅਹਬਾਬ ਜਿੰਨੇ ਵੀ ਸੱਜਣ ਬੇਲੀ ਸਾਡੇ ਮਿੱਤਰ ਸਾਡੇ ਨਾਲ ਜੁੜ ਚੁੱਕੇ ਆ ਜਿੰਨੀਆਂ ਸੰਗਤਾਂ ਸਾਡੇ ਨਾਲ ਹੈ ਇਹਨਾਂ ਬੜਾ ਪਿਆਰ ਵੰਡਿਆ ਸਾਡੇ ਨਾਲ ਮੁਹੱਬਤਾਂ ਕੀਤੀਆਂ ਜਨਾਬ ਖਾਸ ਕਰ ਰਾਣਾ ਨਸੀਰ ਸਾਹਿਬ ਨੇ ਸਾਡੀ ਮੇਜ਼ਬਾਨੀ ਕੀਤੀ ਮੁਹੱਬਤਾਂ ਦਾ ਵੱਡਾ ਸ਼ੁਕਰੀਆ ਤੇ ਪ੍ਰੋਗਰਾਮ ਦੇਖੋ ਸਾਂਝੇ ਪੰਜਾਬ ਨੂੰ ਦੇਖੋ ਸਾਡਾ ਪੰਜਾਬ ਆ ਲਹਿੰਦੇ ਵਾਲੇ ਵੀ ਸਾਡੇ ਆ ਚੜ੍ਹਦੇ ਵਾਲੇ ਵੀ ਸਾਡੇ ਆ ਇਹ ਸਾਡਾ ਪੰਜਾਬ ਆ ਅਸੀਂ ਪੰਜਾਬੀ ਨੂੰ ਆਪਣੇ ਕਲਚਰ ਨੂੰ ਆਪਣੇ ਪਿਆਰ ਨੂੰ ਆਪਣੀ ਮੁਹੱਬਤ ਨੂੰ ਪ੍ਰਮੋਟ ਕਰੀਏ ਲਓ ਜੀ ਮੇਰਾ ਸਲਾਮ ਯਾਸਰ ਮਲਕ ਸਾਹਿਬ ਜੀ ਬਹੁਤ ਖੂਬਸੂਰਤ ਗਜ਼ਲ ਹੈ ਅੱਖ ਨਾਲ ਇਸ਼ਾਰੇ ਚੰਗੇ ਨਹੀਂ ਅੱਖ ਨਾਲ ਇਸ਼ਾਰੇ ਚੰਗੇ ਨਹੀਂ ਦੁੱਖ ਦੇਣ ਕਰਾਰੇ ਚੰਗੇ ਨਹੀਂ ਲੰਘਦਾ ਟੱਪਦਾ ਕਰਲਾ ਦਰਸ਼ਨ ਗੇੜੇ ਰੋਜ਼ ਬਾਜ਼ਾਰੇ ਚੰਗੇ ਨਹੀਂ ਲੰਘਦਾ ਟੱਪਦਾ ਕਰਲਾ ਦਰਸ਼ਨ ਗੇੜੇ ਰੋਜ਼ ਬਾਜ਼ਾਰੇ ਚੰਗੇ ਨਹੀਂ ਸੱਪ ਜ਼ੁਲਫ ਤੇ ਛੇੜੀ ਨਾ ਹਰ ਵਾਰ ਨਜ਼ਾਰੇ ਚੰਗੇ ਨਹੀਂ ਸੱਪ ਜ਼ੁਲਫ ਤੇ ਛੇੜੀ ਨਾ ਹਰ ਵਾਰ ਨਜ਼ਾਰੇ ਚੰਗੇ ਨਹੀਂ ਖਬਰੇ ਮਾਲੀ ਰੁੱਸ ਗਏ ਬਾਗਾਂ ਦੇ ਫੁੱਲ ਇਸ ਬਹਾਰੇ ਚੰਗੇ ਨਹੀਂ ਖਬਰੇ ਮਾਲੀ ਰੁੱਸ ਗਏ ਬਾਗਾਂ ਦੇ ਫੁੱਲ ਇਸ ਬਹਾਰੇ ਚੰਗੇ ਨਹੀਂ ਜਿੱਥੇ ਚਾਨਣ ਤੇਰੇ ਹੁਸਨ ਦਾ ਉੱਥੇ ਚਮਕਣ ਤਾਰੇ ਚੰਗੇ ਨਹੀਂ ਜਿੱਥੇ ਚਾਨਣ ਤੇਰੇ ਹੁਸਨ ਦਾ ਉੱਥੇ ਚਮਕਣ ਤਾਰੇ ਚੰਗੇ ਨਹੀਂ ਤੇ ਸੱਦਾ ਦੇ ਕੇ ਇਸ਼ਕ ਦੀਆਂ ਲਹਿਰਾਂ ਨੂੰ ਆਪ ਖੜੇ ਕਿਨਾਰੇ ਚੰਗੇ ਨਹੀਂ ਖੜੇ ਕਿਨਾਰੇ ਚੰਗੇ ਕਿਆ ਬਾਤ ਬਹੁਤ ਅਲਾਈ ਸੈਫੁੱਲਾ ਤੁਰ ਸਾਹਿਬ ਦੀ ਬੜੀ ਜ਼ਬਰਦਸਤ ਸ਼ਾਇਰੀ ਇੱਕ ਸਭ ਤੋਂ ਵਧੀਆ ਗੱਲ ਹੈ ਕਿ ਮਾਹੌਲ ਬੜਾ ਵਧੀਆ ਇੱਕ ਡੇਰੇ ਤੇ ਬੈਠੇ ਆ ਸ਼ੰਕਰ ਪਿੰਡ ਆਈ ਤਾਂ ਰੌਣਕ ਲੱਗ ਗਈ ਜਦੋਂ ਦਿਲ ਦੇ ਸਾਫ ਤੇ ਮੁਖਲਸ ਬੰਦੇ ਬੈਠੇ ਹੋਣ ਨਾ ਤੇ ਰੱਬ ਮਹਿਫਲਾਂ 'ਚ ਮਿਠਾਸ ਆਪ ਹੀ ਪਾ ਦਿੰਦਾ ਦਿਲ ਦਾ ਤੇ ਗੱਲ ਦਾ ਮਿੱਠਾ ਹੋਣਾ ਚਾਹੀਦਾ ਲੋ ਦੋਸਤੋ ਉਮੀਦ ਕਰਦੇ ਅੱਜ ਦੀ ਵੀਡੀਓ ਤੁਹਾਨੂੰ ਸੈਫੁੱਲਾ ਤੁਰ ਸਾਹਿਬ ਦੀ ਸ਼ਾਇਰੀ ਰਾਣਾ ਨਸੀਰ ਸਾਹਿਬ ਦਾ ਬੈਠਣਾ ਬਹੁਤ ਔਰ ਨਦੀਮ ਨਜ਼ਮ ਸਾਹਿਬ ਦੀ ਗੁਫ਼ਤਗੂ ਸਾਰਿਆਂ ਦੀ ਸੁਣੀ ਗੱਲਬਾਤ ਬੜਾ ਅੱਛਾ ਲੱਗਾ ਉਮੀਦ ਕਰਦੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਦੁਆਵਾਂ 'ਚ ਯਾਦ ਰੱਖਿਓ ਜਿਉਂਦੇ ਵਸਦੇ ਰਹੋ ਜੀ ਸਤਿ ਸ਼੍ਰੀ ਅਕਾਲ